ਪ੍ਰੋਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਪਹਿਲੋਂ ਧੰਨਵਾਦ ਕੋਟ ਕੋਟੀ ਪਰ ਨਾਮ ਆਦਮ ਨਮਸਤੇ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਪ੍ਰੋਪਰਟੀ ਲਵਰ ਤੇ ਤੇ ਜੇਕਰ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦਾ ਬੈਲ ਆਈਕਨ ਦਾ ਬਟਨ ਨਾਲ ਤੇ ਸੈਟ ਕਰਕੇ ਉਸ ਨੂੰ ਓਕੇ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਅਸੀਂ ਤੁਹਾਡੇ ਲਈ ਮਕਾਨ ਲੈ ਕੇ ਆਏ ਜੀ 4 ਬਸਵੇ ਦੇ ਵਿੱਚ ਜੇਕਰ ਮਰਲੇਆਂ ਦੇ ਵਿੱਚ ਗੱਲ ਕਰੀਏ ਤਾਂ 6 ਮਰਲੇ ਹੈ ਠੀਕ ਹੈ ਜੀ ਤੇ ਗਜਾਂ ਚ ਗੱਲ ਕਰੀਏ ਤਾਂ 200 ਗਜ 200 ਗਜ ਦੇ ਵਿੱਚ ਮਕਾਨ ਲੈ ਕੇ ਆਏ ਆ ਬਹੁਤ ਹੀ ਸੁੰਦਰ ਮਕਾਨ ਹੈ ਠੀਕ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਰੋਪੜ ਦੇ ਪਿੰਡ ਮਾਲਵਾੜਾ ਦੇ ਵਿੱਚ ਇਹ ਜਿਹੜਾ ਮਕਾਨ ਹੈ ਠੀਕ ਹੈ ਜੀ ਤੇ ਮਕਾਨ ਬਹੁਤ ਸੋਹਣਾ ਠੀਕ ਹੈ ਜੀ 4 ਬਸਵੇ ਦੇ ਵਿੱਚ ਜਿਹੜਾ ਮਾਲਕ ਨੇ ਬਣਾਇਆ ਹੋਇਆ ਬਹੁਤ ਹੀ ਸੋਹਣਾ ਮਕਾਨ ਆ ਜਦੋਂ ਆਪਾਂ 메ਨ ਗੇਟ ਐਂਟਰ ਕਰਦੇ ਆ ਨਾਲ ਹੀ ਲੈਫਟ ਸਾਈਡ ਤੇ ਤੁਹਾਨੂੰ ਟਾਇਲਟ ਮਿਲ ਜੂਗੀ ਠੀਕ ਹੈ ਟਾਇਲਟ ਬਾਥਰੂਮ ਹੈ ਅਲੱਗ-ਅਲੱਗ ਜਿਹੜੇ ਮਾਲਕ ਨੇ ਬਣਾਏ ਹੋਏ ਨੇ ਅੰਦਰ ਜਿਹੜੀ ਬਾਲਟ ਹੈ ਲੱਗੀ ਹੋਈ ਹੈ ਬਹੁਤ ਹੀ ਯਾਨੀ ਕਿ ਕਲੀਨਿੰਗ ਹੈ ਹਨਾ ਮਕਾਨ ਦੇ ਵਿੱਚ ਸਾਫ ਸੁਥਰਾ ਮਕਾਨ ਹੈ ਰੇਟ ਵੀ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਦੇ ਵਿੱਚ ਬਣੇ ਰਹੋ ਠੀਕ ਹੈ ਜੀ ਰੇਟ ਤੁਹਾਨੂੰ ਯਾਨੀ ਕਿ ਜੱਜ ਕਰ ਲਓ ਕਿੰਨਾ ਕੁ ਹੋਵੇਗਾ ਬਹੁਤ ਹੀ ਜਾਇਜ਼ ਰਹਿਣ ਵਾਲਾ ਰੇਟ ਹੈ ਚਾਰ ਬਸ ਵਿਆ ਮੰਨ ਲਓ ਇਹ ਹੋ ਗਈ ਤੁਹਾਡੀ 200 ਗਾਜ ਜਗ੍ਹਾ ਹੋਗੀ ਠੀਕ ਹੈ ਜੀ 200 ਗਾਜ ਜਗ੍ਹਾ ਦੇ ਵਿੱਚ ਇਹ ਮਕਾਨ ਹੈ ਇਹ ਕਿਚਨ ਆ ਗਈ ਜੀ 100 ਟੀਜੀ ਠੀਕ ਹੈ ਸਾਰਾ ਜਨਨ ਕੀ ਟਾਇਲ ਲੱਗੀ ਹੋਈ ਆ ਵੋਲ ਟਾਇਲ ਲੱਗੀ ਹੋਈ ਆ ਸੈਲਫ ਤੇ ਮਾਰਵਲ ਲੱਗਿਆ ਹੋਇਆ ਠੀਕ ਹੈ نیچے ਜਿਹੜੀ ਵਿਹੜੇ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਫਲੋਰ ਟਾਇਲ ਲਾਈ ਹੋਈ ਆ ਠੀਕ ਹੈ ਇਹ ਤੋਂ ਵੀ ਵਿਹੜਾ ਤੁਹਾਨੂੰ ਕੱਚਾ ਨਹੀਂ ਮਿਲਣ ਵਾਲਾ ਗੇਟ ਦਰਵਾਜ਼ੇ ਵਿੰਡੋ ਸਾਰਾ ਕੰਪਲੀਟ ਮਕਾਨ ਹੈ ਠੀਕ ਹੈ ਕਲੀਨਿੰਗ ਹੈ ਮਕਾਨ ਦੇ ਵਿੱਚ ਸਾਫ ਸੁਥਰਾ ਵਾ ਤੇ ਛੋਟਾ ਜਿਹਾ ਮਕਾਨ ਹੈ ਠੀਕ ਹੈ 3 ਬੈਡਰੂਮ ਮਿਲ ਜਾਣੇ ਇਹਦੇ ਵਿੱਚ ਤੁਹਾਨੂੰ ਤਿੰਨ ਰੂਮ ਮਿਲ ਜਾਣਗੇ ਇਹ ਹੈਗਾ ਜੀ ਫਸਟ ਬੈਡਰੂਮ ਠੀਕ ਹੈ ਜੀ ਇਹਦੀ ਸਪੇਸ ਦੇਖ ਲਓ ਤੇ ਉੱਪਰ ਪੀਓਪੀ ਡਿਜ਼ਾਈਨ ਦੇਖ ਲੋ ਕਲਰ ਪੇਂਟ ਦੇਖ ਲੋ ਸਾਰਾ ਹੀ ਸਾਫ ਸੁਥਰਾ ਤੇ ਕਮਰਿਆਂ ਦੇ ਵਿੱਚ ਵੀ ਜਿਹੜੀ ਫਲੋਰ ਟਾਈਲ ਲੱਗੀ ਹੋਈ ਹੈ ਠੀਕ ਹੈ ਜੀ ਤੇ ਲੋਕੇਸ਼ਨ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ ਹੈ ਰੋਪੜ ਜ਼ਿਲ੍ਹੇ ਦੇ ਬਾਲਮਗੜ ਪਿੰਡ ਦੇ ਵਿੱਚ ਇਹ ਜਿਹੜਾ ਮਕਾਨ ਹੈ ਵੇਚਣ ਦੇ ਲਈ ਆਇਆ ਚਾਰ ਰਪਏ ਸਵੇ ਦੇ ਵਿੱਚ ਠੀਕ ਹੈ ਜੀ ਮਾਲਕਾਂ ਨੇ ਚਲੋ ਡਿਮਾਂਡ ਵੀ ਮੈਂ ਤੁਹਾਨੂੰ ਦੱਸ ਹੀ ਦਿੰਨਾ ਹਨਾ 22 ਲੱਖ ਰੁਪਿਆ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਆ ਠੀਕ ਹੈ ਬਾਕੀ ਮੌਕੇ ਤੇ ਤੁਹਾਨੂੰ ਪਤਾ ਹੀ ਹੈ ਸਭ ਕੁਝ ਹੋ ਜਾਂਦਾ ਵੈਸੇ ਉਹਨਾਂ ਨੇ ਡਿਮਾਂਡ ਕੀਤੀ ਆ 22 ਲੱਖ ਤੇ ਮਿਲ ਸਕਦਾ ਤੁਹਾਨੂੰ ਭਾਸਰ ਹਣਾ ਜੇਕਰ ਤੁਸੀਂ ਇਸ ਮਕਾਨ ਨੂੰ ਲੈਣਾ ਚਾਹੁੰਦੇ ਹੋ ਇਹ ਆ ਗਿਆ ਜੀ ਦੂਜਾ ਰੂਮ ਦੂਜਾ ਰੂਮ ਤਿੰਨ ਰੂਮ ਨੇ ਤਿੰਨੇ ਰੂਮ ਖੁੱਲੇ ਡੁੱਲੇ ਨੇ ਠੀਕ ਹੈ ਮਾਲਕ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਹੈ ਕਿਉਂਕਿ ਉਹਨਾਂ ਨੇ ਖੁਦ ਵੀਡੀਓ ਬਣਾ ਕੇ ਭੇਜੀ ਹੈ ਠੀਕ ਹੈ ਹੋਰ ਵੀ ਵੀਰਾਂ ਨੂੰ ਜਾਨੀ ਕਿ ਜਿਨ੍ਹਾਂ ਨੇ ਆਪਦੇ ਮਕਾਨ ਜਾਂ ਕੋਠੀ ਦੀ ਐਡ ਲਵਾਉਣੀ ਹੈ ਹਣਾ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਕਿਉਂਕਿ ਆਪਾਂ ਦੇਖਣ ਵਾਲੇ ਆ ਜਿਹੜੇ ਵੀ ਵੀਰਾਂ ਨੇ ਖਰੀਦਣਾ ਉਹਨਾਂ ਨੂੰ ਚੀਜ਼ ਵਧੀਆ ਤਰੀਕੇ ਨਾਲ ਦਿਸਣੀ ਚਾਹੀਦੀ ਆ ਘਰ ਬੈਠੇ ਫਿਰ ਹਨਾ ਆ ਫੋਨ ਆਉਂਦੇ ਨੇ ਚਲੋ ਲੈਣ ਲਈ ਬੰਦਾ ਐਗਰੀ ਵੀ ਹੋ ਜਾਂਦਾ ਜਦੋਂ ਚੀਜ਼ ਉਹਨਾਂ ਨੂੰ ਵੀਡੀਓ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਹੈ ਕੀ ਆ ਤੇ ਕੀ ਨਹੀਂ ਤੇ ਫਿਰ ਉਹੋ ਜਿਹਾ ਰਿਸਪਾਂਸ ਆਉਂਦਾ ਆਪਾਂ ਨੂੰ ਜਿੱਦਾਂ ਕਿ ਆ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆਪਾਂ ਨੂੰ ਇਦਾਂ ਹੀ ਵੀਡੀਓ ਬਣਾ ਕੇ ਭੇਜਿਆ ਕਰੋ ਹਨਾ ਬਾਕੀ ਜੀ ਕਾਗਜ਼ ਹਨਾ ਮਕਾਨ ਦੇ ਸਾਰੇ ਕੰਪਲੀਟ ਆ ਤੇ ਆ ਆ ਗਿਆ ਜੀ ਤੀਜਾ ਰੂਮ ਇਹਦੇ ਵਿੱਚ ਇਹਨਾਂ ਨੇ ਪੂਜਾ ਰੂਮ ਹਨਾ ਬਣਾਇਆ ਹੋਇਆ ਸਾਈਡ ਤੇ ਤੇ ਬਾਕੀ ਇਹਨਾਂ ਨੇ ਪਰਦਾ ਪਾਇਆ ਹੋਇਆ ਵਾ ਤੇ ਇਹ ਵੀ ਇੱਕ ਬੈੱਡਰੂਮ ਹੀ ਆ ਠੀਕ ਹੈ ਜੀ ਤੇ ਤਿੰਨ ਬੈੱਡਰੂਮ ਆ ਤੇ ਮੂਹਰੇ ਜਿਹੜਾ ਮੇਨ ਪੋਰਚ ਵੀ ਹੈ ਬਰਾਂਡਾ ਮੂਹਰੇ ਹਨਾ ਰੂਮ ਦੇ ਇਹ ਵੀ ਸਾਰਾ ਕਲਰ ਪੇਂਟ ਹੋਇਆ ਹੋਇਆ ਸਾਰੇ ਮਕਾਨ ਦੇ ਵਿੱਚ ਠੀਕ ਹੈ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਸਾਰਾ ਦੇਖਿਓ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਵੀਡੀਓ ਸਾਰੀ ਦੇਖ ਲਿਆ ਕਰੋ ਠੀਕ ਹੈ ਜੀ ਚਲੋ ਜਿਨ੍ਹਾਂ ਨੂੰ ਇਹ ਲੋਕੇਸ਼ਨ ਤੇ ਚਾਹੀਦਾ ਹੁੰਦਾ ਉਹਨਾਂ ਦਾ ਹੱਕ ਆ ਵੀਡੀਓ ਨੂੰ ਪੂਰਾ ਦੇਖਿਆ ਕਰੋ ਪਰ ਜਿਨ੍ਹਾਂ ਨੇ ਇਹ ਲੋਕੇਸ਼ਨ ਤੇ ਲੈਣਾ ਹੀ ਨਹੀਂ ਤਾਂ ਹਨਾ ਉਹ ਤਾਂ ਚਲੋ ਵੀਡੀਓ ਸੱਡ ਸਕਦੇ ਨੇ ਲੋਕੇਸ਼ਨ ਸੁਣ ਕੇ ਤੇ ਤਦੇ ਮੈਂ ਹੁਣ ਲੋਕੇਸ਼ਨ ਆਪਾਂ ਪਹਿਲਾਂ ਦੱਸ ਦਈਦੀ ਆ ਕਿਉਂਕਿ ਸਮਾਂ ਸਾਰਿਆਂ ਲਈ ਕੀਮਤੀ ਆ ਹਨ ਤੇ نیچے ਸਾਰਾ ਦੇਖ ਲਓ ਫਲੋਰ ਟਾਈਲ ਲੱਗੀ ਹੋਈ ਆ ਮੂਹਰੇ ਵੀ ਹਨਾ ਇਹਨਾਂ ਨੇ ਜਦੋਂ ਮੇਨ ਇੰਟਰਸ ਆ ਉਹ ਵੀ ਇਹਨਾਂ ਦਾ ਬਰਾਂਡਾ ਸੱਤਿਆ ਹੋਇਆ ਜੀ 10 ਤੋਂ 12 ਫੁੱਟ ਯਾਨੀ ਕਿ ਚਾਰੇ ਪਾਸੇ ਇਹਨਾਂ ਦਾ ਸੱਤਿਆ ਹੋਇਆ ਠੀਕ ਆ ਜੀ 15 ਫੁੱਟ ਜਿਹੜਾ ਇਹਨੂੰ ਮਕਾਨ ਨੂੰ ਰਾਹ ਲੱਗਦਾ ਮੇਨ ਰਾਹ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਬਾਹਰ ਕੰਕਰੀਟ ਦਾ ਰਾਹ ਵਾ ਐਨ ਵੀ ਇੰਟਰਲੌਕ ਲੱਗੀ ਆ ਜਾਂ ਉਦਾਂ ਇੱਟਾਂ ਲੱਗੀਆਂ ਹਨਾ ਕੰਕਰੀਟ ਨਹੀਂ ਪੈਂਦੀ ਆਪਣੇ ਰਾਹ ਤੇ ਜਿਵੇਂ ਮੰਨ ਲਓ 20 20 ਹੁੰਦੀਆਂ ਹਨਾ ਕੰਕਰੀਟ ਪਈ ਹੋਈ ਆ 15 ਫੁੱਟ ਦਾ ਰਾਹ ਵਾ ਤੇ ਜੇਕਰ ਇਹ ਮਕਾਨ ਕਿਸੇ ਨੂੰ ਪਸੰਦ ਆ ਜਾਵੇ ਲੋਨ ਕਰਾਉਣਾ ਹੋਵੇ ਤਾਂ 9465782453 ਤੇ ਕਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਮਾਲਕਾਂ ਨਾਲ ਗੱਲ ਕਰਨੀ ਆ ਤਾਂ ਨੰਬਰ ਡਿਸਪਲੇ ਤੇ ਚੱਲ ਰਿਹਾ ਜਿੰਨਾ ਵੀਰਾਂ ਨੇ ਘਰ ਖਰੀਦਣਾ ਉਹ ਮਾਲਕਾਂ ਨੂੰ ਸਿੱਧਾ ਫੋਨ ਲਾ ਕੇ ਉਹਨਾਂ ਨਾਲ ਰੇਟ ਦੀ ਡਿਜੈਸਟਮੈਂਟ ਕਰ ਸਕਦੇ ਨੇ ਅਗਰ ਸੌਦਾ ਕਿਤੇ ਅੜ ਵੀ ਜਾਂਦਾ ਹਨਾ ਰੇਟ ਨਹੀਂ ਬਣਦਾ ਤਾਂ ਸਾਨੂੰ ਫੋਨ ਲਾ ਦਿਓ ਕੋਈ ਨਹੀਂ ਸੌਦਾ ਕਰਾ ਦਾਂਗੇ ਤੁਹਾਡਾ ਠੀਕ ਹੈ ਜੀ ਤੇ ਇਹ ਸੀਗਾ ਜੀ ਮਕਾਨ ਕਾਗਜ ਕੰਪਲੀਟ ਆ ਮਕਾਨ ਦੇ ਲੋਨ ਵੀ ਲੈ ਸਕਦੇ ਹੋ ਕੈਸ਼ ਪੇਮੈਂਟ ਵੀ ਕਰ ਸਕਦੇ ਹੋ ਮਕਾਨ ਬਹੁਤ ਸੋਹਣਾ ਵਾ ਮਾਲਕਾਂ ਲੋ ਜਿਹੜੀ ਡਿਮਾਂਡ 22 ਲੱਖ ਦੀ ਕੀਤੀ ਗਈ ਆ ਬਾਕੀ ਮੌਕੇ ਤੇ ਕੋਸ ਵੀ ਹੋ ਸਕਦਾ ਠੀਕ ਹੈ ਜੀ ਜਦੋਂ ਬੈਠੋਗੇ ਸਾਈ ਦੋਗੇ ਕੁਝ ਵੀ ਹੋ ਸਕਦਾ ਤੇ 22 ਲੱਖ ਇੱਕ ਵਾਰ ਉਹਨਾਂ ਵੱਲੋਂ ਜਿਹੜੀ ਡਿਮਾਂਡ ਕੀਤੀ ਆ ਮਕਾਨ ਦੀ ਠੀਕ ਹੈ ਜੀ ਤੇ ਲੋਕੇਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਹੀ ਦਿੱਤੀ ਸੀ ਰੋਪੜ ਜ਼ਿਲ੍ਹੇ ਦੇ ਬਾਲਮਗੜ ਪਿੰਡ ਦੇ ਵਿੱਚ ਇਹ ਜਿਹੜਾ ਮਕਾਨ ਹੈ ਚਾਰ ਬਸਵੇ ਦੇ ਵਿੱਚ ਬਹੁਤ ਹੀ ਸੁੰਦਰ ਤਰੀਕੇ ਨਾਲ ਜਿਹੜਾ ਬਣਾਇਆ ਹੋਇਆ ਹੈ ਨਾ ਸਾਫ਼ ਸੁਥਰਾ ਮਕਾਨ ਹੈ ਨਹੀਂ ਅਕਸਰ ਆਪਾਂ ਮਕਾਨ ਦੇਖਦੇ ਆ ਥੋੜੇ ਜਿਹਾ ਉਦਾਂ ਹੁੰਦੇ ਨੇ ਚਲੋ ਰੇਟ ਵੀ ਹੈ ਨਾ ਉਦਾਂ ਦਾ ਹੁੰਦਾ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਦੀ ਚੀਜ਼ ਚੰਗੀ ਹੁੰਦੀ ਹੈ ਕਿਸੇ ਦੀ ਮਾੜੀ ਹੁੰਦੀ ਹੈ ਕਿਉਂਕਿ ਇਹ ਜੀ ਹੈ ਨਾ ਹਰੇਕ ਤਰ੍ਹਾਂ ਦੀ ਦੁਨੀਆ ਬੈਠੀ ਆ ਹਰੇਕ ਤਰ੍ਹਾਂ ਦੇ ਲੋਕ ਬੈਠੇ ਨੇ ਕਈਆਂ ਨੂੰ ਵਿਚਾਰਿਆਂ ਨੂੰ ਹੈ ਨਾ ਉਹੀ ਚਾਹੀਦਾ ਹੁੰਦਾ ਵਾ ਰਾਏ ਨਾਲੋਂ ਅਗਲਾ ਕਹਿੰਦਾ ਉਹੀ ਵਧੀਆ ਵਾ ਤੇ ਕਈਆਂ ਵੀਰਾਂ ਨੂੰ ਇਹ ਹੁੰਦਾ ਵੀ ਚਲੋ ਚੀਜ਼ ਵਧੀਆ ਹੋਵੇ ਹਨਾ ਪੈਸਾ ਹੁੰਦਾ ਉਹਨਾਂ ਕੋਲੇ ਚਲੋ ਕੋਈ ਗੱਲ ਨਹੀਂ ਤੇ ਆ ਆ ਗਿਆ ਜੀ ਰਸਤਾ 메ਨ ਜਿਹੜਾ ਹੈਗਾ 15 ਫੁੱਟ ਦਾ ਰਾਹ ਵਾ ਮੂਰੇ ਵੀਹੀ ਬੰਦ ਹੁੰਦੀ ਆ ਠੀਕ ਹੈ ਗੱਡੀ ਗੁੱਡੀ ਤੁਸੀਂ ਬਾਹਰ ਲਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਇਹ ਸੀਗਾ ਜੀ ਅੱਜ ਦਾ ਆਪਣੇ ਕੋਲੇ ਮਕਾਨ ਤੇ ਜੇਕਰ ਤੁਸੀਂ ਵੀ ਕੋਠੀ ਜਾਂ ਮਕਾਨ ਵੇਚਣਾ ਚਾਹੁੰਦੇ ਹੋ ਤਾਂ 9465782453 WhatsApp ਨੰਬਰ ਆਪਣਾ ਇਹ ਠੀਕ ਹੈ ਡਾਇਰੈਕਟ ਕਾਲ ਵੀ ਲਾ ਸਕਦੇ ਹੋ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਤੁਸੀਂ ਸਟੱਡੀ ਲੋਨ, ਬਿਜ਼ਨਸ ਲੋਨ ਜਾਂ ਕੋਠੀ ਜਾਂ ਮਕਾਨ ਖਰੀਦਣ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਦਿਆ ਕਰੋ। ਠੀਕ ਹੈ ਜੀ। ਇਹ ਮਕਾਨ ਦਾ ਰੇਟ ਤੁਹਾਨੂੰ ਕਿੱਦਾਂ ਲੱਗਾ? ਕਮੈਂਟ ਦੇ ਵਿੱਚ ਵਿੱਚ ਆਪਣੀ رائے ਸਾਂਝੀ ਜਰੂਰ ਕਰਿਆ ਕਰੋ। ਠੀਕ ਹੈ ਜੀ। ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ। ਓਕੇ ਬਾਏ।